ਚਵਰ ਸ਼ਤਰ ਤਖਤ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਿਆਰ ਕਰਨ ਵਾਲੇ ਗੁਰੂ ਕੇ ਸਿੱਖੋ ਸਭ ਤੋਂ ਪਹਿਲਾਂ ਦਾਸ ਆਪ ਸਰਬੱਤ ਸੰਗਤਾਂ ਨੂੰ ਫਤਿਹ ਅਰਜ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਫੇਰ ਬਾਬੇ ਕੇ ਅਤੇ ਬਾਬਰ ਕੇ ਆਹਮੋ ਸਾਹਮਣੇ ਹੋਏ ਆ ਕਿਉਂਕਿ ਕਾਰਨ ਕੀ ਹੈ ਜੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਬਾਣੀ ਦੇ ਵਿੱਚ فرمایا ਕਿਰਸਾਨ ਕਿਰਸਾਣੀ ਕਰੈ ਲੋਚਾ ਜਿਉ ਲਾਏ ਹੱਲ ਜੋਤੈ ਉਦਮ ਕਰੇ ਮੇਰਾ ਪੋਤ ਤੀ ਖਾਏ ਮੇਰਾ ਪੁੱਤਰ ਖਾਵੇ ਇਸ ਕਰਕੇ ਜ਼ਿਮੀਂਦਾਰ ਕਿਰਸਾਣੀ ਕਰਦਾ ਅੱਜ ਉਸ ਕਿਰਸਾਣੀ ਨੂੰ ਤਬਾਹ ਕਰਨ ਵਾਸਤੇ ਜਿਹੜੇ ਬਾਬਰ ਕੇ ਹੈ ਉਹ ਕੁਸ਼ਕਰਾਨਿਆਂ ਦੇ ਨਾਲ ਮਿਲ ਕੇ ਇਸ ਉੱਤਮ ਖੇਤੀ ਨੂੰ ਤਬਾਹ ਕਰਨ ਵਾਸਤੇ ਤਤਪਰ ਹੋਏ ਫਿਰਦੇ ਆ ਪੱਬਾਂ ਭਾਰ ਹੋਏ ਫਿਰਦੇ ਆ ਤੁਸੀਂ ਬਾਬੇ ਕਿਓ ਤੇ ਬਾਬੇ ਕਿਆਂ ਨੇ ਹਮੇਸ਼ਾ ਬਾਬਰ ਕਿਆਂ ਦਾ ਵਿਰੋਧ ਕੀਤਾ ਅੱਜ ਬਹੁਤ ਲੰਮਾ ਸਮਾਂ ਹੋ ਗਿਆ ਸਾਨੂੰ ਇਸ ਘੋਲ ਦੇ ਵਿੱਚ ਚਲਦਿਆਂ ਹੋਿਆਂ ਨੂੰ ਤੇ ਜਿਹੜਾ ਘੋਲ ਹੈ ਇਹ ਜਿਹੜੀ جنگ ਹੈ ਸਾਡੀ ਸੈਂਟਰ ਦੀ ਸਰਕਾਰ ਦੇ ਨਾਲ ਹੈ ਜਿਹੜੀ ਆਪਣੇ ਆਪ ਉਹਦੇ ਵਿੱਚ ਬੜਾ ਹੰਕਾਰ ਕਰਦੀ ਹੈ ਹੰਕਾਰ ਦੇ ਵਿੱਚ ਮਸਤ ਹੈ ਕਿਉਂਕਿ ਉਹਨਾਂ ਨੂੰ ਮਾਨ ਹੈ ਕਿ ਸਾਡੇ ਕੋਲ ਬੜੀਆਂ ਭਾਰੀ ਗਿਣਤੀ ਦੇ ਵਿੱਚ ਸ਼ੀਟਾਂ ਹਨ ਉਹ ਜਾਣਦੇ ਆ ਭਈ ਪੰਜਾਬ ਦੀਆਂ 13 ਸ਼ੀਟਾਂ ਸਾਨੂੰ ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਇੱਕ ਬੇਨਤੀ ਕਰ ਦਵਾਂ ਇਸ 13 ਦੇ ਵਿੱਚ ਬਰਕਤ ਬਹੁਤ ਜੇ ਸ਼੍ਰੀ ਕਿਉਂਕਿ ਸਾਡੇ ਗੁਰੂ ਨੇ 13 13 ਤੋਲਿਆ ਆ ਭਾਵੇਂ ਕਿ ਜਿਹੜੇ ਸਾਡੇ 13 ਵਾਲੇ ਜਿਹੜੇ ਚੁਣ ਕੇ ਭੇਜੇ ਉਹ ਸਾਡੇ ਨਾਲ ਥੋੜੀ ਜਿਹੀ ਗਦਾਰੀ ਕਰਦੇ ਪਏ ਆ ਸਾਡੇ ਨਾਲ ਪੂਰਾ ਸਾਥ ਨਹੀਂ ਦਿੰਦੇ ਪਰ ਹਾਂ ਉਹਨਾਂ 13 ਵਾਲੇ ਜਿਹੜੇ ਪੰਜਾਬ ਦੇ ਲੋਗ ਐ ਤੇ ਨਾਲ ਹਰਿਆਣੇ ਦੇ ਲੋਗ ਐ ਅੱਜ ਦੁਨੀਆ ਵਿੱਚ ਬੜਾ ਪ੍ਰਚਾਰ ਕੀਤਾ ਜਾ ਰਿਹਾ ਜੀ ਕੱਲਾ ਪੰਜਾਬ ਆਇਆ ਹੋਇਆ ਕੋਈ ਨਾਲ ਨਹੀਂ ਤੁਰਿਆ ਪੂਰਾ ਹਰਿਆਣਾ ਤੁਹਾਡੇ ਨਾਲ ਹੈ ਮੇਰਾ ਮੈਂ ਆਪਣਾ ਜਨਮ ਦਾਸ ਦਾ ਮੈਂ ਹਰਿਆਣੇ ਦਾ ਜੈਂਪਲ ਹੈ ਸਾਡਾ ਇੱਕ ਭਰਾ ਇੱਥੇ ਹੈ ਬਾਪੂ ਜੀ ਸੇਵਾ ਕਰਨ ਵਾਸਤੇ ਪ੍ਰਸ਼ਾਦੇ ਘਲਦੇ ਆ ਪਿੰਡਾਂ ਵਿੱਚੋਂ ਗ੍ਰਾਹੀ ਕਰ ਕਰਕੇ ਸੋ ਦੁਨੀਆ ਦੇ ਵਿੱਚ ਇੱਕ ਪਹਿਲਾ ਸੰਘਰਸ਼ ਹੈ ਜਿਹੜਾ ਐਡਾ ਪੀਸਫੁਲੀ ਚੱਲ ਰਿਹਾ ਤੇ ਇਸ ਨੂੰ ਖਦੇੜਨ ਦੀਆਂ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਉਹ ਚਾਲਾਂ ਚੱਲ ਰਹੀਆਂ ਆਪਾਂ ਇੰਨਾਂ ਚਾਲਾਂ ਤੋਂ ਸੁਚੇਤ ਹੋਣਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਇਹ ਪੰਜਾਬ ਹੈ ਇਹ ਪੰਜਾਬ ਹਰੇਕ ਜੰਗ ਨੂੰ ਲੜਨਾ ਜਾਣਦਾ ਹੈ ਭਾਵੇਂ ਉਹ ਤਲਵਾਰ ਦੇ ਜ਼ੋਰ ਵਾਲੀ ਹੋਵੇ ਤੇ ਭਾਵੇਂ ਸਬਰ ਵਾਲੀ ਹੋਵੇ ਸਾਨੂੰ ਗੁਰੂ ਨੇ ਦੋਵੇਂ ਸਿੱਖਿਆ ਦਿੱਤੀਆਂ ਜੇ ਪੰਜਵੇਂ ਪਾਤਸ਼ਾਹ ਜੀ ਸਬਰ ਦੇ ਨਾਲ 33 ਤਵੀ ਦੇ ਉੱਤੇ ਬੈਠ ਗਏ ਤੇ ਉੱਥੇ ਛੇਵੇਂ ਪਾਤਸ਼ਾਹ ਜੀ ਅਤੇ ਦਸਵੇਂ ਪਾਤਸ਼ਾਹ ਜੀ ਨੇ ਸ਼ਮਸ਼ੀਰ ਨੂੰ ਹੱਥ ਪਾਇਆ ਅਤੇ ਇਸ ਜਰਵਾਣੀ ਹਕੂਮਤ ਇਸ ਦਿੱਲੀ ਦੇ ਤਖਤ ਦਾ ਜਿਹੜਾ ਪਲਟਾ ਸੀ ਮਾਰ ਦਿੱਤਾ ਉਹ ਜਾਣਦੇ ਨਹੀਂ ਸਾਨੂੰ ਅੱਜ ਭਾਵੇਂ ਜਿਹੜੀ ਮਰਜ਼ੀ ਲੜਾਈ ਹੋਵੇ ਪੰਜਾਬ ਦਾ ਨੌਜਵਾਨ ਉਹ ਲੜਾਈ ਬੜੀ ਬਾਖੂਬੀ ਦੇ ਨਾਲ ਲੜ ਰਿਹਾ ਹੈ ਜੇ ਦੁਨੀਆ ਉੱਤੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਬਈ ਇੱਥੇ ਯਾਤਕਵਾਦੀ ਆ ਗਏ ਆ ਉਹਦਾ ਜਵਾਬ ਦੇਣ ਵਾਸਤੇ ਸਾਡੇ ਨੌਜਵਾਨ ਪੱਬਾ ਪਾਰ ਹੈ ਸਾਡੀਆਂ ਮਤਾਵਾਂ ਪੱਬਾ ਪਾਰ ਹੈ ਸਾਡੇ ਬਜ਼ੁਰਗ ਹੈ ਉਹ ਇਸ ਘੋਲ ਦੇ ਵਿੱਚ ਆਏ ਹੋਏ ਆ ਮੈਂ ਦਮਦਮੀ ਟਕਸਾਲ ਵੱਲੋਂ ਇੱਥੇ ਸਾਡੇ ਬੜੇ ਹੀ ਸਤਕਾਰਯੋਗ ਗਿਆਨੀ ਜੀਵਾ ਸਿੰਘ ਜੀ ਭਾਈ ਰਵਿੰਦਰਪਾਲ ਸਿੰਘ ਜੀ ਰਾਜੂ ਜਹੇਦਾਰ ਭਾਈ ਸੁਖਦੇਵ ਸਿੰਘ ਜੀ ਇਹਨਾਂ ਸਾਰਿਆਂ ਨੂੰ ਸਾਡੇ ਅਤੀ ਸਤਿਕਾਰਯੋਗ ਦਮਦਮੀ ਟਕਸਾਲ ਦੇ ਮੌਜੂਦਾ ਮਾਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਨੇ ਭੇਜਿਆ ਹੈ ਇਹ ਨਾਲ ਦੀ ਨਾਲ ਸੁਣਿਆ ਹੈ ਵੀ ਜਦੋਂ ਵੀ ਕੋਈ ਸੇਵਾ ਲਾਓਗੇ ਅਸੀਂ ਉਹ ਸੇਵਾ ਤਨ ਦੇ ਹੀ ਨਾਲ ਨਿਭਾਵਾਂਗੇ ਪਹਿਲਾਂ ਵੀ ਸਾਨੂੰ ਬਦਾਮ ਦੇ ਕਰਕੇ ਇਸ ਜਗ੍ਹਾ ਭੇਜਿਆ ਗਿਆ ਸੀ ਉਦੋਂ ਹੀ ਸੇਵਾ ਲੈ ਕੇ ਆਏ ਸੀ ਅੱਗੇ ਜੋ ਵੀ ਸਾਡੇ ਪੱਲੇ ਦੇ ਵਿੱਚ ਸਮੁੱਚੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚਾ ਜੋ ਸਾਡੇ ਪੱਲੇ ਸੇਵਾ ਪਾਵੇਗਾ ਅਸੀਂ ਹੱਸ ਕੇ ਸਿਰ ਝੁਕਾ ਕੇ ਉਹ ਸੇਵਾ ਪ੍ਰਵਾਨ ਕਰਾਂਗੇ ਮੈਂ ਦਮਦਮੀ ਟਕਸਾਲ ਵੱਲੋਂ ਸਮੂਚੀਆਂ ਹੀ ਕਿਸਾਨ ਯੂਨੀਅਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਤਨਾ ਸਮੂਚਾ ਪ੍ਰਬੰਧ ਕੀਤਾ ਹੈ ਸੋ ਇਹ ਬੇਨਤੀ ਹੈ ਉਹਨਾਂ ਨੂੰ ਕਿ ਨਾਲ ਦੀ ਨਾਲ ਕੁਝ ਹੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਵੀ ਲੋਕ ਇਸ ਸੰਘਰਸ਼ ਦੇ ਵਿੱਚ ਆ ਰਹੇ ਐ ਭਾਵੇਂ ਕੋਈ ਮਨ ਕਰਕੇ ਇੱਥੇ ਐ ਭਾਵੇਂ ਕੋਈ ਤਨ ਕਰਕੇ ਤੇ ਭਾਵੇਂ ਕੋਈ ਧਨ ਕਰਕੇ ਜਿਹੜਾ ਵੀ ਸਹਿਯੋਗ ਕਰਦਾ ਹੈ ਮੈਂ ਦਮਦਮੀ ਟਕਸਾਲ ਵੱਲੋਂ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਖੀਮਾ ਦਾ ਦੱਜਕ ਹਾਂ ਬਲਾਓ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ